ਕੀ ਤੁਸੀਂ ਇਹ ਚਾਹੁੰਦੇ ਹੋ ਕਿ ਬਿਨਾਂ ਲੱਤਾਂ ਖਾਈ ਬਿਨਾਂ ਡੰਡੇ ਖਾਈ ਬੋਲਸ ਤੋਂ ਤੁਹਾਡੀ ਅਸੀਂ ਨੌਜਵਾਨਾਂ ਦੀ ਗੱਲ ਨਹੀਂ ਸੁਣਾਂਗੇ ਜੇ ਇਹ ਮੁੱਦਾ ਤਾਂ ਸਾਨੂੰ ਕਲੀਅਰਲੀ ਦੱਸ ਦਿਓ ਅਸੀਂ ਡੰਡੇ ਖਾਣ ਨੂੰ ਵੀ ਤਿਆਰ ਹਾਂ ਪੈਸੇ ਦਿਓ ਫਾਈਲ ਲਵਾਓ ਤੇ ਹਾਈਲਾਈਟਸ ਕਰੋ ਬਾਹਰ ਜਾਓ ਜਿਵੇਂ ਪੰਜਾਬ ਦੇ ਘਰਾਂ ਦੇ ਘਰ ਖਾਲੀ ਹੋ ਰਿਹਾ ਹੁਣ ਵੀ ਉਦਾਂ ਹੀ ਹੋ ਬੋਟਾਂ ਤੋਂ ਪਹਿਲਾਂ ਕਹੀਆਂ ਗਈਆਂ ਚੀਜ਼ਾਂ ਨਹੀਂ ਕੰਮ ਆਉਂਦੀਆਂ ਬੋਟਾਂ ਤੋਂ ਬਾਅਦ ਕਰਕੇ ਦਿਖਾਉਣਾ ਪੈਂਦਾ ਇਸ ਭਰਤੀ ਦੇ ਵਿੱਚ ਜੈਸ ਪੇਪਰ ਕੰਡਕਟ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਸ਼ੰਕੇ ਕਿਉਂ ਆ ਕਿ ਕਿਉਂ ਇਹ ਗਲਤ ਸਾਰੀ ਮੈਰਿਟ ਆ ਗਈ ਕੀ ਉਹਨਾਂ ਦੀ ਤਲਾਸ਼ ਪੜਤਾਲ ਕੀਤੀ ਜਾਂਦੀ ਹੈ ਬੱਚਿਆਂ ਦੁਆਰਾ ਤਾਂ ਉਹ ਬੱਚੇ ਐਦਾਂ ਦੇ ਨਿਕਲ ਕੇ ਆਉਂਦੇ ਜਿਨ੍ਹਾਂ ਦੇ ਪੁਰਾਣੇ ਪੇਪਰ ਜੋ ਕਿ ਸਿਰਫ 5-6 ਮਹੀਨੇ ਪਹਿਲਾਂ ਹੋਈ ਸੀ ਪਟਵਾਰੀ ਦਾ ਐਕਸਾਈਜ਼ ਆ ਉਹਦੇ 'ਚ ਉਹਨਾਂ ਦੀ ਉਹ ਕਲੀਅਰ ਤਾਂ ਦੂਰ ਦੀ ਗੱਲ ਉਹਨਾਂ ਨੇ 40% ਮਾਰਕਸ ਵੀ ਨਹੀਂ ਆਉਂਦੇ ਉਹ ਬੱਚਿਆਂ ਦਾ ਜਦੋਂ ਏਰੀਆ ਫਰੋਲ ਲਿਆ ਗਿਆ ਉਹਨਾਂ ਦਾ ਬੈਕਗਰਾਉਂਡ ਫਲੋਰ ਲਿਆ ਗਿਆ ਤਾਂ ਉਹ ਬੱਚੇ ਸਿਰਫ ਦੋ ਤਹਿਸੀਲਾਂ ਦੇ ਨਿਕਲ ਕੇ ਬਾਹਰ ਆ ਰਹੇ ਨੇ ਮੂਨਕ ਤੇ ਪਾਕਪਾ ਉਹਨਾਂ ਦੇ ਵਿੱਚ ਕੁਝ ਆਪਲ ਦੇ ਵਿੱਚ ਰਿਸ਼ਤੇਦਾਰ ਨਹੀਂ ਕੋਈ ਇੱਕ ਚਰਚਾ ਦਾ ਵਿਸ਼ਾ ਨਹੀਂ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਟਾਪ ਵੀਰੇ ਵਿੱਚੋਂ 12 13 ਬੰਦੇ ਉਹ ਵੀ ਸਿਰਫ ਇੱਕੋ ਏਰੀਏ ਦੇ ਚੀਟਿੰਗ ਦੇ ਥਰੂ ਅੱਗੇ ਆਏ ਹੋਏ ਬੱਚੇ ਸਾਈ ਟਾਪ ਤੇ ਆਏ ਉਹ ਬਾਕੀ ਪੇਪਰਾਂ ਦੇ ਵਿੱਚੋਂ ਫੇਲ ਹੀ ਰਹੇ ਕੁਆਲੀਫਾਈ ਤਾਂ ਕਰਨਾ ਦੂਰ ਦੀ ਗੱਲ ਹੈ ਇਹ ਸਿਰਫ ਇੱਕ ਚੀਟਿੰਗ ਦੇ ਥਰੂ ਹੀ ਹੋਇਆ ਹੋ ਸਕਦਾ ਕੁਸੀਂ ਪਟਵਾਰੀ ਬਣ ਕੇ ਵੀ ਉਹ ਨੌਕਰੀ ਛੱਡ ਕੇ ਨਾਇਬ ਤਸਿਲਦਾਰ ਬਣਨਾ ਚਾਹੁੰਦੇ ਸੀ ਤੁਹਾਨੂੰ ਲੱਗਦਾ ਕਿ ਮੈਂ ਪਟਵਾਰੀ ਦਾ ਬਣਿਆ ਬਣਾਇਆ ਸੀ ਪਰ ਨਾਇਬ ਤਸਿਲਦਾਰ ਬਣਨਾ ਚਾਹੁੰਦਾ ਸੀ ਉਹਨਾਂ ਦੀ ਵਜ੍ਹਾ ਕਰਕੇ ਤੁਸੀਂ ਇਸ ਤੋਂ ਪਿੱਛੇ ਰਹਿ ਗਏ ਬਾਕੀ ਬੱਚਾ ਨਾ ਕਿਸ ਤਰ੍ਹਾਂ ਦਾ ਪੇਪਰ ਹੋਇਆ ਤਾਂ ਮੈਨੂੰ ਪੂਰੀ ਆਸ ਸੀ ਕਿ ਇਸ ਪੇਪਰ ਦੇ ਵਿੱਚ ਵੀ ਸਾਡਾ ਨੰਬਰ ਆ ਜਾਣਾ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਸਾਡੇ ਨੰਬਰ ਨਹੀਂ ਆ ਪਰ ਜਿਹੜੇ ਬੱਚੇ ਅੱਗੇ ਆਏ ਨੇ ਉਹ ਕਟਕਟ ਜੈਨੂਨ ਤਾਂ ਹੋਣ ਅੱਜ ਨਾਇਬ ਤਸਿਲਦਾਰ ਜੇ ਬੰਦਾ ਕੋਈ ਪੈਸੇ ਲੈ ਕੇ ਭਰਤੀ ਹੋ ਰਿਹਾ ਤਾਂ ਆਉਣ ਵਾਲੇ 30 ਸਾਲਾਂ ਤੱਕ ਉਹ ਪੈਸੇ ਲੈ ਕੇ ਹੀ ਲੋਕਾਂ ਨੂੰ ਤੰਗ ਮੀ ਤੇ ਜੀ ਨੂੰ ਮੈਂ ਖੁਦ ਪਰਸਨਲ ਜਾ ਕੇ ਮਿਲਿਆ ਉਹਨਾਂ ਨੇ ਮੈਨੂੰ ਇਨਫਾਰਮਲੀ ਜਵਾਬ ਦਿੱਤਾ ਕਿ ਹਾਂ ਇਸ ਮੁੱਦੇ ਤੇ ਅਸੀਂ ਚਰਚਾ ਕਰ ਰਹੇ ਹਾਂ ਸਮਾਜ ਦੇ ਵਿੱਚ ਨਿਆ ਸਿਰਫ ਹੋਣਾ ਜ਼ਰੂਰੀ ਨਹੀਂ ਇੱਕ ਸਮਾਜ ਦੇ ਵਿੱਚ ਨਿਆ ਹੋਣਾ ਦਿਖਣਾ ਵੀ ਜ਼ਰੂਰੀ ਹੈ ਤੇ ਇਹ ਜਿਹੜਾ ਏਰੀਆ ਹੈਗਾ ਇਹ ਬਾਰਡਰ ਬੈਲਟ ਆਪਾਂ ਹਰਿਆਣੇ ਵਾਲੀ ਇਹ ਤਾਂ 올ਓਵਰ ਇੰਡੀਆ ਇਨ ਫੇਮਸ ਹੈ ਇਹ ਕੰਮਾਂ ਦੇ ਲਈ ਉਹਨਾਂ ਦਾ ਇਹ ਗ로우 ਆ ਜਿਹੜਾ ਇਹ ਪੂਰਾ ਇਹ ਤਾਂ ਚੰਗੇ ਚੰਗੇ ਪੇਪਰ ਲੀਕ ਕਰਦਾ ਰਿਹਾ ਸਭ ਤੋਂ ਤਾਜ਼ਾ ਕੇਸ ਆਪਣੀ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ ਜਿਹੜਾ ਪਿੱਛੇ ਪੇਪਰ ਕੈਂਸਲ ਹੋਇਆ 2021 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਐਸਆਈ ਦਾ ਪੇਪਰ ਕੈਂਸਲ ਹੋਇਆ ਜਦੋਂ ਆਪੋਜੀਸ਼ਨ ਲੀਡਰਸ ਤੇ ਕੋਈ ਮੁੱਦਾ ਉੱਠਦਾ ਉਦੋਂ ਤਾਂ ਸਰਕਾਰ 2 ਮਿੰਟਾਂ ਦੇ ਵਿੱਚ ਇਨਕੁਆਇਰੀ ਕਰਾ ਕੇ ਉਹਨਾਂ ਨੂੰ ਜੇਲ੍ਹ ਚ ਬਾਦ ਦਿੰਦੀ ਆ ਜਦੋਂ ਤੁਹਾਡੇ ਆਪਣੇ ਤੇ ਹੁਣ ਗੱਲ ਆ ਰਹੀ ਆ ਕਿ ਪਤਾ ਲੱਗ ਰਿਹਾ ਕਿ ਕੁਝ ਨਾ ਕੁਝ ਬਾਹਰ ਨਿਕਲ ਗਿਆ ਉਦੋਂ ਤੁਸੀਂ ਇਸ ਮੁੱਦੇ ਤੇ ਡੇਢ ਮਹੀਨੇ ਤੋਂ ਪਿਛਲੇ ਤੋਂ ਚੁੱਪਾ ਬੇਰੋਜ਼ਗਾਰੀ ਦਾ ਆਲਮ ਇੰਨਾ ਵੱਡਾ ਹੈ ਕਿ ਸਾਰੇ ਬੇਰੋਜ਼ਗਾਰੀ ਦੇ ਵਿੱਚ ਪਿਸ ਰਹੇ ਨੇ ਪੀੜਤ ਨੇ ਰੋਜ਼ਗਾਰ ਦੇ ਸਾਧਨ ਬਹੁਤ ਘੱਟ ਨੇ ਪਰ ਜਿਹੜਾ ਕੋਈ ਮੌਕਾ ਮਿਲਦਾ ਹੈ ਉਹਨਾਂ ਮੌਕਿਆਂ ਦੇ ਵਿੱਚ ਵੀ ਐਸੀਆਂ ਗੈਲੀਆਂ ਹੋ ਜਾਂਦੀਆਂ ਨੇ ਜਾਂ ਜਾਣਬੁੱਝ ਕੇ ਕੱਪੜੇ ਬਾਜੀ ਹੁੰਦੀ ਹੈ ਜਿਸ ਦੇ ਨਾਲ ਉਹ ਬੇਰੋਜ਼ਗਾਰ ਹੋਰ ਬੇਰੋਜ਼ਗਾਰੀ ਦੀ ਦਲਦਲ ਦੇ ਵਿੱਚ ਧਸ ਜਾਂਦੇ ਨੇ ਇੱਕ ਸਕੈਮ ਹੋ ਜਾਂਦਾ ਉਸ ਨੂੰ ਸ਼ੱਕ ਦੇ ਆਧਾਰ ਤੇ ਦੇਖਿਆ ਗਿਆ ਕਿ ਸਕੈਮ ਹੋਇਆ ਇਸ ਦੇ ਵਿੱਚ ਘੁਟਾਲਾ ਕਿਸ ਨੇ ਕੀਤਾ ਉਹ ਭਰਤੀ ਸੀ ਨਾਇਬ ਤਹਿਸੀਲਦਾਰਾਂ ਦੀ ਸਿਰਫ 78 ਪੋਸਟਾਂ ਸੀ ਪਰ ਉਸਦੇ ਲਈ ਅਪਲਾਈ ਕੀਤਾ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਮੁੰਡੇ ਕੁੜੀਆਂ ਨੇ ਤਕਰੀਬਨ 70000 ਔਰ ਉਸਦੀ ਤਕਰੀਬਨ ਐਵਰੇਜ ਫੀਸ ਵੇਖੀਏ ਤਾਂ 3000 ਤੱਕ ਸੀ 2000 ਤੋਂ ਲੈ ਕੇ 3000 ਤੱਕ ਤਾਂ ਕਿੰਨਾ ਪੈਸਾ ਇਕੱਠਾ ਹੋਇਆ ਪਰ ਭਰਤੀ ਕਰਨ ਦੇ ਲਈ ਜਾਂ ਪੇਪਰ ਕੰਡਕਟ ਕਰਨ ਦੇ ਲਈ ਪੂਰੇ ਪ੍ਰਬੰਧ ਕਿਉਂ ਨਹੀਂ ਸੀ ਕੁਝ ਨੌਜਵਾਨਾਂ ਨੂੰ ਸ਼ੰਕੇ ਨੇ ਕਿ ਜਿਹੜੇ ਮੈਰਿਟ ਲਿਸਟ ਦੇ ਵਿੱਚ ਆਏ ਉਹਨਾਂ ਨੇ ਨਕਲ ਕੀਤੀ ਹੈ ਇਸ ਕਰਕੇ ਉਹ ਮੈਰਿਟ ਵਿੱਚ ਆ ਗਏ ਔਰ ਕੀ ਪੂਰਾ ਮਾਮਲਾ ਸਾਰਾ ਕੁਝ ਸਮਝਾਂਗੇ ਮੇਰੇ ਨਾਲ ਨੇ ਉਸੇ ਹੀ ਪੇਪਰ ਨੂੰ ਦੇਣ ਵਾਲੇ ਔਰ 34 ਰੈਂਕ ਹਾਸਲ ਕਰਨ ਵਾਲੇ ਸੁਨੀਲ ਸੁਨੀਲ ਭਾਈ ਮੈਂ ਤੁਹਾਡੇ ਤੋਂ ਇਹੀ ਜਾਣਨਾ ਕਿ ਇਸ ਭਰਤੀ ਦੇ ਵਿੱਚ ਜਿਸ ਪੇਪਰ ਕੰਡਕਟ ਨੂੰ ਲੈ ਕੇ ਤੁਹਾਨੂੰ ਕੀ ਲੱਗਦਾ ਸ਼ੰਕੇ ਕਿਉਂ ਆ ਕਿ ਕਿਉਂ ਇਹ ਗਲਤ ਸਾਰੀ ਮੈਰਿਟ ਆ ਗਈ ਹੈ ਸ਼ੰਕੇ ਸਰ ਪਹਿਲੀ ਗੱਲ ਤਾਂ ਪੇਪਰ 22 ਮਈ ਨੂੰ ਲੈਤਾ ਜਾਂਦਾ ਤੇ ਇਹਦਾ ਰਿਜ਼ਲਟ ਜਾ ਕੇ ਸਤੰਬਰ ਦੇ ਵਿੱਚ ਪਹਿਲੀ ਲਿਸਟ ਆਉਂਦੀ ਹੈ ਜਿਦੇ ਚ ਸਿਰਫ ਇੱਕ ਰੋਲ ਨੰਬਰਾਂ ਦੀ ਲਿਸਟ ਆਉਂਦੀ ਹੈ ਕਿ ਇਹ ਬੱਚੇ ਆ ਕੇ ਆਪਣੇ ਡਾਕੂਮੈਂਟ ਜਮਾ ਕਰਵਾ ਦੇਣ ਪਰ ਜਦੋਂ ਉਹ ਬੱਚਿਆਂ ਦੀ ਫਾਈਨਲ ਮੈਰਿਟ ਲਿਸਟ ਆਉਂਦੀ ਹੈ ਕਿ ਹਾਂ ਆ ਬੱਚੇ ਟੌਪ ਕੀਤਾ ਆਹ ਪੂਰੇ ਉਹਨਾਂ ਦੇ ਨੰਬਰ ਨੇ ਉਹ ਨੰਬਰ ਆ ਉਹ ਬੱਚਿਆਂ ਨੂੰ ਜਦੋਂ ਅੱਗੇ ਉਹਨਾਂ ਦੀ ਤਲਾਸ਼ ਪੜਤਾਲ ਕੀਤੀ ਜਾਂਦੀ ਹੈ ਬੱਚਿਆਂ ਦੁਆਰਾ ਤਾਂ ਉਹ ਬੱਚੇ ਐਦਾਂ ਦੇ ਨਿਕਲ ਕੇ ਆਉਂਦੇ ਜਿਨ੍ਹਾਂ ਦੇ ਪੁਰਾਣੇ ਪੇਪਰ ਜੋ ਕਿ ਸਿਰਫ 5-6 ਮਹੀਨੇ ਪਹਿਲਾਂ ਹੋਈ ਸੀ ਪਟਵਾਰੀ ਦਾ ਐਕਸਾਈਜ਼ ਆ ਉਹਦੇ 'ਚ ਉਹਨਾਂ ਦੀ ਉਹ ਕਲੀਅਰ ਤਾਂ ਦੂਰ ਦੀ ਗੱਲ ਉਹਨਾਂ ਦੇ 40% ਮਾਰਕਸ ਵੀ ਨਹੀਂ ਆਉਂਦੇ ਜਿਹੜੀ ਕਿ ਇੱਕ ਮਿਨਿਮਮ ਕਰਾਈਟਰੀਆ ਕਿਸੇ ਵੀ ਪੇਪਰ ਦੇ ਵਿੱਚ ਪੰਜਾਬ ਦੇ ਵਿੱਚ ਕਲੀਅਰ ਕਰਨ ਦਾ ਤੇ ਨਾਲ ਹੀ ਜਦੋਂ ਉਹ 10 12 ਬੰਦੇ ਜਿਹੜੇ ਟੌਪ ਰੈਂਕ ਹਾਸਲ ਦੀ ਜਿਨ੍ਹਾਂ ਦੇ ਇਸ ਪੇਪਰ ਦੇ ਵਿੱਚ ਉਹ 84 84% ਕਲੀਅਰ ਨੇ 83 88% ਮਾਰਕਸ ਆਏ ਨੇ 300 ਦੇ -24, ਵਿੱਚੋਂ 240 250 ਮਾਰਕਸ ਆਏ ਨੇ ਉਹ ਬੱਚਿਆਂ ਦਾ ਜਦੋਂ ਏਰੀਆ ਫਰੋਲ ਲਿਆ ਗਿਆ ਉਹਨਾਂ ਦਾ ਬੈਕਗਰਾਉਂਡ ਫਲੋਰ ਲਿਆ ਗਿਆ ਤਾਂ ਉਹ ਬੱਚੇ ਸਿਰਫ ਦੋ ਤਹਿਸੀਲਾਂ ਦੇ ਨਿਕਲ ਕੇ ਬਾਹਰ ਆ ਰਹੇ ਨੇ ਮੂਨਕ ਤੇ ਪਾਤਣਾ ਤੇ इवन ਇੱਕ ਦੇਦਣਾ ਪਿੰਡੇ ਤਿੰਨ ਬੰਦੇ ਸਾਹਮਣੇ ਨਿਕਲ ਕੇ ਆ ਰਹੇ ਨੇ ਉਹਨਾਂ ਦੇ ਵਿੱਚ ਕੁਝ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਨੇ ਹੋ ਸਕਦਾ ਦੋ ਬੰਦੇ ਮਿਹਨਤ ਕਰਕੇ ਅੱਗੇ ਆ ਜਾਣ ਅਸੀਂ ਨਹੀਂ ਕਹਿ ਰਹੇ ਕਿ ਮਿਹਨਤ ਕਰਕੇ ਕੋਈ ਤਰੱਕੀ ਨਹੀਂ ਕਰ ਸਕਦਾ ਪਰ ਜੇ ਕੋਈ 6 ਮਹੀਨੇ ਸਾਲ ਦੇ ਵਿੱਚ ਇੰਨੀ ਜ਼ਿਆਦਾ ਮਿਹਨਤ ਕਰ ਰਿਹਾ ਇੰਨੀ ਜ਼ਿਆਦਾ ਲੰਬੀ ਸ਼ਲਾਂਗ ਲਾ ਰਿਆ ਤਾਂ ਇੱਕ ਚਰਚਾ ਦਾ ਬੇਸ਼ਾਨੀ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਉਹ ਵੀ ਇਹ ਨਹੀਂ ਕੋਈ ਇੱਕ ਬੰਦਾ ਕੋਈ ਦੋ ਬੰਦਾ ਹੋ ਸਕਦਾ ਤਰੱਕੀ ਕਰਕੇ ਕੋਈ ਇੱਕ ਦੋ ਬੰਦੇ ਅੱਗੇ ਆ ਜਾਣ ਪਰ ਟੌਪ 20 ਦੇ ਵਿੱਚੋਂ 12 13 ਬੰਦੇ ਉਹ ਵੀ ਸਿਰਫ ਇੱਕੋ ਏਰੀਏ ਦੇ ਅੱਗੇ ਆਉਣਾ ਇੱਕ ਬਹੁਤ ਇਤਿਫਾਕ ਨਹੀਂ ਇੱਕ ਸੋਚੀ ਸਮਝੀ ਚੀਟਿੰਗ ਦੇ ਥਰੂ ਅੱਗੇ ਆਏ ਹੋਏ ਬੱਚੇ ਨੇ ਤੁਹਾਡਾ ਪਹਿਲਾ ਸ਼ੰਕਾ ਇਹ ਹੈ ਕਿ ਜਿਨ੍ਹਾਂ ਦੀ ਮੈਰਿਟ ਲਿਸਟ ਆਈ ਟਾਪ ਤੇ ਆਏ ਉਹ ਬਾਕੀ ਪੇਪਰਾਂ ਦੇ ਵਿੱਚੋਂ ਫੇਲ ਹੀ ਰਹੇ ਕੁਆਲੀਫਾਈ ਤਾਂ ਕਰਨਾ ਦੂਰ ਦੀ ਗੱਲ ਹੋ ਸਕਦਾ ਉਹਨਾਂ ਪੇਪਰਾਂ ਦਾ ਸਿਲੇਬਸ ਇੰਨਾ ਅਲੱਗ ਹੋਵੇ ਉਹਨਾਂ ਨੇ ਸਿਰਫ ਨਾਇਬ ਤਹਿਸੀਲਦਾਰ ਦੀ ਤਿਆਰੀ ਕੀਤੀ ਹੋਵੇ ਕਿ ਇਹ ਵੀ ਫਰਕ ਸੀ ਜਾਂ ਫਿਰ ਸਿਲੇਬਸ ਸੇਮ ਸੀ ਬਾਕੀ ਪੇਪਰਾਂ ਦਾ ਨੀਜਾ ਸਲੇਵਲ ਦਾ ਡਿਫਰੈਂਸ ਹੈਗਾ ਪਰ ਜਿਸ ਲੈਵਲ ਦਾ ਇਹ ਪੇਪਰ ਸੀ ਤੇ ਜਿਸ ਲੈਵਲ ਦਾ ਉਹ ਪੇਪਰ ਸੀਗਾ ਆਲਮੋਸਟ ਜੀਕੇ ਤੇ ਮੈਥ ਰੀਜਨਿੰਗ ਸਾਰੇ ਪੇਪਰਾਂ ਦੇ ਵਿੱਚ ਆਉਂਦਾ ਪਰ ਪਟਵਾਰੀ ਦੇ ਪੇਪਰ 'ਚ ਵੀ ਜੀਕੇ ਮੈਥ ਰੀਜਨਿੰਗ ਆਇਆ ਸੀ ਐਕਸਾਈ ਦੇ ਪੇਪਰ ਦੇ ਵਿੱਚ ਵੀ ਜੀਕੇ ਮੈਥ ਰੀਜਨਿੰਗ ਆਇਆ ਸੀ ਤੇ ਉਹਨਾਂ ਦਾ ਲੈਵਲ ਬਹੁਤ ਨੀਚੇ ਸੀ ਪਰ ਆਪਣੇ ਨੈਪਸੀਲਰ ਦੇ ਪੇਪਰ ਦੇ ਵਿੱਚ ਐਡੇ ਔਖੇ ਪੇਪਰ ਦੇ ਵਿੱਚ 300 ਦੇ ਵਿੱਚੋਂ 2 ਘੰਟਿਆਂ ਦੇ ਵਿੱਚ 250 ਨੰਬਰ ਲੈਣਾ ਇੱਕ ਬਹੁਤ ਹੀ ਔਖਾ ਕੰਮ ਸੀ ਈਵਨ ਕਿ ਜਿਹੜੇ ਪਹਿਲਾਂ ਪਟਵਾਰੀ ਦੇ ਵਿੱਚ ਐਕਸਾਈਜ ਇਨਸਪੈਕਟਰ ਦੇ ਪੇਪਰ 'ਚ ਟਾਪਰ ਨੇ ਅਸੀਂ ਮੁੰਡਿਆਂ ਨੂੰ ਜਾਣਦੇ ਹਾਂ ਖੁਦ ਪਰਸਨਲੀ ਜਾਣਦੇ ਹਾਂ ਉਹਨਾਂ ਦੀ ਮਿਹਨਤ ਦੇ ਬਾਵਜੂਦ ਵੀ ਇਸ ਪੇਪਰ ਦੇ ਵਿੱਚੋਂ ਕਿਸੇ ਦੇ 200 ਮਾਰਕਸ ਨਹੀਂ ਟੱਪ ਸਕੇ ਪਰ ਇਹ ਬੱਚੇ ਜੋ ਪਹਿਲਾਂ ਈਵਨ ਪਰਫਾਰਮ ਵੀ ਬਹੁਤ ਲੋ ਪਰਫਾਰਮ ਕਰ ਸਕੇ ਉਹ ਇੱਕੋ ਦਮ ਲੰਬੀ ਛਲਾਂਗ ਲਾ ਕੇ ਇੰਨਾ ਗ੍ਰੈਜੂਅਲ ਗ੍ਰੈਜੂਅਲ ਤਰੱਕੀ ਹੋ ਸਕਦੀ ਹੈ ਪਰ ਇੱਕੋ ਦਾ ਮੈਨੀ ਤਰੱਕੀ ਹੋਣਾ ਇੱਕ ਕੋਈ ਆਪਾਂ ਨਹੀਂ ਕਹਿ ਸਕਦੇ ਸਿੱਧੇੇ ਤਰੀਕੇ ਨਾਲ ਹੋਇਆ ਹੋ ਸਕਦਾ ਇਹ ਸਿਰਫ ਇੱਕ ਚੀਟਿੰਗ ਦੇ ਥਰੂ ਹੀ ਹੋਇਆ ਹੋ ਸਕਦਾ ਜਿਹੜੇ ਨਾਇਬ ਤਸਹੀਲਦਾਰਾਂ ਦੀ ਪੋਸਟਾਂ ਨਿਕਲੀਆਂ ਉਸਦੀ ਮੈਰਿਟ ਲਿਸਟ ਬਣੀ ਜਿਹੜੇ ਤਾਂ ਟਾਪ ਕਰ ਗਏ ਪਟਵਾਰੀ ਬਣ ਜੋਗੇ ਹੈ ਨਹੀਂ ਸੀ ਫੇਲ ਹੋ ਗਏ ਤੁਸੀਂ ਦੱਸਿਆ ਤੇ ਤੁਸੀਂ ਪਟਵਾਰੀ ਬਣ ਕੇ ਵੀ ਉਹ ਨੌਕਰੀ ਛੱਡ ਕੇ ਨਾਇਬ ਤਸਹੀਲਦਾਰ ਬਣਨਾ ਚਾਹੁੰਦੇ ਸੀ ਤੁਹਾਨੂੰ ਲੱਗਦਾ ਕਿ ਮੈਂ ਪਟਵਾਰੀ ਤਾਂ ਬਣਿਆ ਬਣਾਇਆ ਸੀ ਪਰ ਨਾਇਬ ਤਸਹੀਲਦਾਰ ਬਣਨਾ ਚਾਹੁੰਦਾ ਸੀ ਉਹਨਾਂ ਦੀ ਵਜ੍ਹਾ ਕਰਕੇ ਤੁਸੀਂ ਇਸ ਤੋਂ ਪਿੱਛੇ ਰਹਿ ਗਏ ਦੇਖੋ ਜੀ ਮੇਰਾ ਪਟਵਾਰੀ ਨਾ ਜੁਆਇਨ ਕਰਨ ਦਾ ਇੱਕ ਕਾਰਨ ਇਹ ਵੀ ਸੀ ਕਿ ਮੈਂ ਉਦੋਂ ਨੈਪਸੀਲ ਦਾ ਪੇਪਰ ਦਿੱਤਾ ਸੀ ਤੇ ਜਿੱਥੋਂ ਤੱਕ ਮੈਨੂੰ ਪਤਾ ਸੀ ਕਿ ਬਾਕੀ ਬੱਚਿਆਂ ਦਾ ਕਿਸ ਤਰ੍ਹਾਂ ਦਾ ਪੇਪਰ ਹੋਇਆ ਤਾਂ ਮੈਨੂੰ ਪੂਰੀ ਆਸ ਸੀ ਕਿ ਇਸ ਪੇਪਰ ਦੇ ਵਿੱਚ ਵੀ ਸਾਡਾ ਨੰਬਰ ਆ ਜਾਣੇ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਸਾਡੇ ਨੰਬਰ ਨਹੀਂ ਹੈ ਪਰ ਜਿਹੜੇ ਬੱਚੇ ਅੱਗੇ ਆਏ ਨੇ ਉਹ ਕਟਕਟ ਜੈਨੂਨ ਤਾਂ ਹੋਣ ਜੇ ਸਾਡੇ ਤੋਂ ਕੋਈ ਜ਼ਿਆਦਾ ਪੜ੍ਹ ਕੇ ਅੱਗੇ ਆ ਰਿਹਾ ਤਾਂ ਸਾਨੂੰ ਉਸ ਗੱਲ ਦਾ ਦੁੱਖ ਨਹੀਂ ਹੋਊਗਾ ਸਾਨੂੰ ਖੁਸ਼ੀ ਹੋਊਗੀ ਕਿ ਹਾਂ ਪੰਜਾਬ ਦੇ ਵਿੱਚ ਪੜੇ ਲਿਖੇ ਨੌਜਵਾਨ ਹੈਗੇ ਨੇ ਜਿਹੜੇ ਮਿਹਨਤ ਕਰਕੇ ਇਹਨੇ ਔਖੇ ਪੇਪਰ ਦੇ ਵਿੱਚ ਇਹਨੇ ਚੰਗੇ ਸਕੋਰ ਕਰ ਸਕਦੇ ਆ ਪਰ ਜਦੋਂ ਉਹਨਾਂ ਤੇ ਇਹ ਸ਼ੱਕ ਸ਼ੱਕ ਵੀ ਨਹੀਂ ਕਹਾਂਗੇ ਇਹ ਪੂਰੇ ਇੱਕ ਤਰ੍ਹਾਂ ਦਾ ਤੁਹਾਡੇ ਸਾਹਮਣੇ ਸਿੱਧਾ ਹੀ ਹੈ ਕਿ ਹਾਂ ਉਹ ਕਿਸੇ ਉਲਟੇ ਤਰੀਕੇ ਦੇ ਨਾਲ ਅੱਗੇ ਆਏ ਨੇ ਤਾਂ ਸਾਨੂੰ ਦੁੱਖ ਹੁੰਦਾ ਸਾਡਾ ਸਿਲੈਕਟ ਹੋਣਾ ਜਾਂ ਨਾ ਹੋਣਾ ਇਹ ਕੋਈ ਵੱਡੀ ਗੱਲ ਨਹੀਂ ਸਾਡੇ ਨਾਲ ਜਿੰਨੇ ਬੰਦੇ ਜੁੜੇ ਹੋਏ ਆ ਸਾਰੇ ਉਹ ਨਹੀਂ ਹੈਗੇ ਕਿ ਹਾਂ ਉਹ ਸਿਲੈਕਟ ਹੋ ਜਾਂਦੇ ਜੇ ਇਹ ਬੰਦੇ ਨਾ ਅੱਗੇ ਆ ਰਹੇ ਆਂਦੇ ਪਰ ਰੌਲਾ ਇਹ ਆ ਵੀ ਜੇ ਇਹ ਚੀਟਿੰਗਾਂ ਇਸ ਲੈਵਲ ਤੇ ਨਾ ਰੁਕੀਆਂ ਤਾਂ ਇਹ ਅੱਗੇ ਸਾਰੇ ਪੰਜਾਬ ਦੇ ਵਿਵਕ ਨੂੰ ਖਰਾਬ ਕਰਨੀਆਂ ਅੱਜ ਨੈਪ ਸਿਹਦਾਰ ਜੇ ਬੰਦਾ ਕੋਈ ਪੈਸੇ ਲੈ ਕੇ ਭਰਤੀ ਹੋ ਰਿਹਾ ਤਾਂ ਆਉਣ ਵਾਲੇ 30 ਸਾਲਾਂ ਤੱਕ ਉਹ ਪੈਸੇ ਲੈ ਕੇ ਹੀ ਲੋਕਾਂ ਨੂੰ ਤੰਗ ਕਰੂ ਨਾ ਜਿੱਥੇ ਆਪਾਂ ਇੱਕ ਕਰਪਟ ਫ੍ਰੀ ਸਿਸਟਮ ਦੀ ਗੱਲ ਕਰ ਰਹੇ ਹਾਂ ਜੇ ਨੈਪਸੀਲਦਾਰ ਤਹਿਸੀਲਦਾਰਾਂ ਦੇ ਵਿੱਚ ਤੁਸੀਂ ਪੈਸੇ ਦੇ ਕੇ ਕੰਮ ਕਰਾਉਣੇ ਆ ਫਿਰ ਕਰਪਟ ਫ੍ਰੀ ਸਟੇਟ ਕਿਵੇਂ ਬਣ ਜੂਗੀ ਜਿੰਨਾਂ ਜਿੰਨਾਂ ਨੂੰ ਸ਼ੱਕ ਹੋਇਆ ਕਿ ਗਲਤ ਹੋਇਆ ਯਾਰ ਜਿਹੜੀ ਮੈਰਿਟ ਲਿਸਟ ਆਈ ਹੈ ਜਿਹੜੇ ਬੰਦੇ ਪਟਵਾਰੀ ਬਣ ਜੋਗੇ ਨਹੀਂ ਜਾਂ ਉਸ ਤੋਂ ਵੀ ਹੇਠਲੇ ਪੱਦਰ ਤੇ ਜਿਹੜੇ ਪੇਪਰ ਵਿੱਚ ਕੁਆਲੀਫਾਈ ਤੱਕ ਨਹੀਂ ਹੋ ਰਹੇ ਉਹ ਨੈਪ ਤਹਿਸੀਲਦਾਰ ਬਣ ਗਏ ਉਹਨਾਂ ਨੇ ਜੁਆਇਨਿੰਗ ਤੱਕ ਜੁਆਇਨਿੰਗ ਲੈਟਰ ਤੱਕ ਮਿਲ ਗਏ ਤਾਂ ਫਿਰ ਸਰਕਾਰ ਨੂੰ ਜਦੋਂ ਇਸ ਮਸਲੇ ਦੇ ਵਿੱਚ ਤੁਸੀਂ ਸ਼ਿਕਾਇਤਾਂ ਦਿੱਤੀਆਂ ਕਿੱਥੇ-ਕਿੱਥੇ ਪਹਿਲਾਂ ਤਾਂ ਗਏ ਤੁਸੀਂ ਹੁਣ ਤੱਕ ਕੀ ਸਰਕਾਰ ਨਾਲ ਮੀਟਿੰਗ ਹੋਈ ਜਵਾਬ ਕੀ ਮਿਲਿਆ ਇਸ ਮਸਲੇ ਤੇ ਸਭ ਤੋਂ ਪਹਿਲਾਂ ਜੀ ਅਸੀਂ ਸਰਕਾਰ ਨੂੰ ਮਿਲਣਾ ਇੱਕ ਔਖਾ ਕੰਮ ਹੁੰਦਾ ਬੰਦਾ ਆਪੋਜੀਸ਼ਨ ਦੇ ਥਰੂ ਲੀਡਰ ਮਿਲਦਾ ਕਿਉਂਕਿ ਉਹ ਜ਼ਿਆਦਾ ਅਪ੍ਰੋਚੇਬਲ ਹੁੰਦੇ ਆ ਤਾਂ ਸਭ ਤੋਂ ਪਹਿਲਾਂ ਇਸ ਮੁੱਦੇ ਤੇ ਸੁਖਵਾਲ ਖਹਿਰਾ ਜੀ ਨੇ ਸਾਡੇ ਨਾਲ ਪ੍ਰੈਸ ਕਾਨਫਰੈਂਸ ਕੀਤੀ 그다음에 ਕਰਮ ਮੰਜੀਠਿਆ ਜੀ ਨੇ ਸਾਡੇ ਨਾਲ ਪ੍ਰੈਸ ਕਾਨਫਰੈਂਸ ਕੀਤੀ ਆ ਆਪਾਂ ਆਪਣੇ ਲੀਡਰ ਆਪ ਆਪੋਜੀਸ਼ਨ ਪ੍ਰਤਾਪ ਆਜਵਾ ਜੀ ਨੂੰ ਮਿਲੇ ਨਾਲ ਹੀ ਅਸੀਂ ਅਫੀਸ਼ੀਅਲ ਥਰੂ ਲੈਟਰ ਲਿਖਣੀ ਹੈ ਨਾਲ ਦੀ ਨਾਲ ਹੀ ਸਟਾਰਟ ਕਰਤੀਆਂ ਮੇਲਸ ਲਿਖਣਾ ਸਟਾਰਟ ਕਰਦੀਆਂ ਕਿਉਂਕਿ ਖੁਰ ਜਾ ਕੇ ਮਿਲਣਾ ਇੱਕ ਔਖਾ ਟਾਸਕ ਹੈ ਕਿਸੇ ਵੀ ਗਵਰਨਮੈਂਟ ਨੁਮਾਇੰਦੇ ਨੂੰ ਹਾਲਾਂਕਿ ਅਸੀਂ ਫੋਨ ਕਾਲ ਤੇ ਆਪਣੇ ਦੇ ਸਪੋਕਸਮੈਨਸ ਨਾਲ ਨੂੰ ਗੱਲ ਕੀਤੀ ਕਿ ਅਸੀਂ ਇਸ ਮੁੱਦੇ ਤੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਆ ਪਰ ਸਾਨੂੰ ਕੋਈ ਟਾਈਮ ਨਹੀਂ ਮਿਲਿਆ ਮੀਤ ਹੈ ਜੀ ਨੂੰ ਮੈਂ ਖੁਦ ਪਰਸਨਲ ਜਾ ਕੇ ਮਿਲਾਂਗਾ ਇਨਫਾਰਮਲੀ ਕਿ ਸਰ ਇਸ ਮੁੱਦੇ ਤੇ ਏਸ਼ੂ ਆ ਉਹਨਾਂ ਨੇ ਮੈਨੂੰ ਇਨਫਾਰਮਲੀ ਜਾਂ ਜਵਾਬ ਦਿੱਤਾ ਕਿ ਹਾਂ ਇਸ ਮੁੱਦੇ ਤੇ ਅਸੀਂ ਚਰਚਾ ਕਰ ਰਹੇ ਹਾਂ ਪਰ ਪਿਛਲੇ ਡੇਢ ਮਹੀਨੇ ਤੋਂ ਸਰਕਾਰ ਦੇ ਅਫੀਸ਼ੀਅਲ ਚੈਨਲ ਤੋਂ ਜਦੋਂ ਕਿ ਹਾਲਾਂਕਿ ਬਹੁਤ ਮੁੱਦਿਆਂ ਤੇ ਸਰਕਾਰ ਲਾਈਵ ਹੋ ਜਾਂਦੀ ਹੈ ਇਸ ਐਡੇ ਵੱਡੇ ਮੁੱਦੇ ਤੇ ਸਰਕਾਰ ਵੱਲੋਂ ਅਫੀਸ਼ੀਅਲੀ ਕੁਝ ਪੰਜਾਬ ਦੇ ਬੱਚਿਆਂ ਨੂੰ ਨਹੀਂ ਦੱਸਿਆ ਗਿਆ ਕਿ ਹਾਂ ਅਸੀਂ ਇਸ ਮੁੱਦੇ ਤੇ ਕੀ ਕਰ ਰਹੇ ਆ ਸਾਡੇ ਵੱਲੋਂ ਤਾਂ ਇਹ ਵੀ ਇਨਕੁਆਇਰੀ ਕਰਾਓ ਜਦੋਂ ਪੰਜਾਬ ਦੇ ਬੱਚੇ ਤੁਹਾਡੇ ਸਾਹਮਣੇ ਇਨੀ ਮੰਗ ਰੱਖ ਰਹੇ ਆ ਜੇ ਘਰ ਦੇ ਕੋਈ ਵੱਡੇ ਬਜ਼ੁਰਗ ਤੋਂ ਗੱਲ ਲੁਕੀ ਰਹਿ ਜਾਂਦੀ ਆ ਜੇ ਤੁਹਾਡੇ ਸਾਹਮਣੇ ਕੋਈ ਆਉਣ ਵਾਲਾ ਦੱਸ ਰਿਹਾ ਤਾਂ ਤੁਸੀਂ ਉਹਦੇ ਅੱਖਾਂ ਥੋੜੀ ਮੀਚੋਗੇ ਤੁਹਾਡੇ ਸਾਹਮਣੇ ਜਾ ਕੇ ਅਸੀਂ ਖੁਦ ਅਫੀਸ਼ੀਅਲਸ ਨੂੰ ਵੀ ਜਾ ਕੇ ਮਿਲੇ ਆ ਇਸ ਮੁੱਦੇ ਤੋਂ ਉਹਨਾਂ ਨੂੰ 2 ਮਿੰਟ ਲਈ ਬਰੀਫ ਵੀ ਕੀਤਾ ਪਰ ਸਾਡੇ ਵੱਲੋਂ ਪੀਪੀਐਸਸੀ ਲਾ ਲੋ ਜਾਂ ਸਰਕਾਰ ਉਹਨਾਂ ਵੱਲੋਂ ਹਜੇ ਤੱਕ ਕੋਈ ਵੀ ਅਫੀਸ਼ੀਅਲੀ ਇਸ ਮੁੱਦੇ ਤੇ ਕੋਈ ਜਵਾਬ ਨਹੀਂ ਆਇਆ ਕਿ ਹਾਂ ਅਸੀਂ ਇਸ ਮੁੱਦੇ ਨੂੰ ਖਗੋਲ ਕੇ ਦੇਖ ਰਹੇ ਆ ਹੋ ਸਕਦਾ ਸਰਕਾਰ ਦੇ ਜਿਵੇਂ ਤੁਸੀਂ ਆਪਣੇ ਗੱਲ ਦੱਸਦੇ ਆ ਕਿ ਹੈ ਕਿ ਉਹਲਾ ਰਹਿ ਗਿਆ ਹੋਵੇ ਬਸ ਤੁਸੀਂ ਸਰਕਾਰ ਨੂੰ ਜਾ ਕੇ ਦੱਸ ਰਹੇ ਹੋ ਕੁੰਡਾ ਖੜਕਾ ਰਹੇ ਹੋ ਦਰਵਾਜ਼ਾ ਖੜਕਾਇਆ ਵੀ ਆ ਧੱਕਾ ਹੋ ਗਿਆ ਸਾਡੇ ਨਾਲ ਇਸ ਦੇ ਉੱਤੇ ਜਾਂਚ ਕਰੋ ਜਾਂਚ ਦਾ ਕੋਈ ਜਵਾਬ ਨਹੀਂ ਆਇਆ ਪਰ ਸਰਕਾਰ ਦਾਵਾ ਕਰ ਰਹੀ ਹੈ ਕਿ ਸਾਡੇ ਤੋਂ ਬਾਅਦ ਤੱਕ ਟਕੜ ਮੰਦਰੀ ਨਾਲ ਸਰਕਾਰ ਚੱਲਦੀ ਨਹੀਂ ਤਾਂ ਫਿਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਸਰਕਾਰ ਜੋ ਕਹਿ ਰਹੀ ਹੈ ਉਹ ਕਰ ਨਹੀਂ ਰਹੀ ਸਰ ਦਾਅਵੇ ਕਰਨ ਨਾਲ ਕੁਝ ਨਹੀਂ ਹੁੰਦਾ ਨਾ ਕਰਕੇ ਦਿਖਾਉਣਾ ਪੈਂਦਾ ਸਮਾਜ ਦੇ ਵਿੱਚ ਨਿਆਂ ਸਿਰਫ ਹੋਣਾ ਜ਼ਰੂਰੀ ਨਹੀਂ ਇੱਕ ਸਮਾਜ ਦੇ ਵਿੱਚ ਨਿਆਂ ਹੋਣਾ ਦਿਖਣਾ ਵੀ ਜ਼ਰੂਰੀ ਹੈ ਪ੍ਰਿੰਸੀਪਲ ਔਰ ਨੈਚੁਰਲ ਜਸਟਿਸ ਕਹਿੰਦੇ ਆ ਕਿ ਤੁਹਾਡੇ ਤੋਂ ਪੁੱਛੇ ਬਿਨਾ ਤੁਹਾਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਇੱਥੇ ਦਾ ਪੰਜਾਬ ਦੇ ਨੌਜਵਾਨਾਂ ਨੂੰ ਬਿਨਾ ਉਹਨਾਂ ਤੋਂ ਜਦੋਂ ਉਹ ਜਾ ਕੇ ਦੱਸ ਰਿਹਾ ਕਿ ਹਾਂ ਸਾਡੀ ਆ ਕੇ ਗੱਲ ਸੁਣੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਇੱਕ ਮੈਰਿਟ ਵੇਡ ਸਿਸਟਮ ਤਿਆਰ ਕੀਤਾ ਹੋਇਆ ਕਿ ਅਸੀਂ ਹਾਂ ਮੈਰਿਟ ਬੇਸ ਤੇ ਬੱਚੇ ਰੱਖਾਂਗੇ ਪਰ ਇੱਥੇ ਤੁਹਾਡੇ ਸਾਹਮਣੇ ਹੀ ਸਾਰੇ ਸਬੂਤ ਨੇ ਕਿ ਹਾਂ ਇਹ ਬੱਚੇ ਇਸ ਏਰੀਏ ਦੇ ਨੇ ਇਹਨਾਂ ਦੀ ਪ੍ਰਾਣੀ ਪਰਫਾਰਮੈਂਸ ਬਹੁਤ ਘੱਟ ਹੈ ਤੇ ਇਹ ਜਿਹੜਾ ਏਰੀਆ ਹੈਗਾ ਇਹ ਬਾਰਡਰ ਬੈਲਟ ਆਪਣੀ ਹਰਿਆਣੇ ਵਾਲੀ ਇਹ ਤਾਂ 올 오버 인디아 ਇਨ ਫੇਮਸ ਆ ਇੱਕ ਅਮਾਂ ਦੇ ਲਈ ਇਹਨਾਂ ਦਾ ਇਹ ਗਰੋਅ ਆ ਜਿਹੜਾ ਇਹ ਪੂਰਾ ਇਹ ਤਾਂ ਚੰਗੇ ਚੰਗੇ ਪੇਪਰ ਲੀਕ ਕਰਦਾ ਰਿਹਾ ਸਭ ਤੋਂ ਤਾਜ਼ਾ ਕੇਸ ਆਪਣੀ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਦਾ ਜਿਹੜਾ ਪਿੱਛੇ ਪੇਪਰ ਕੈਨਸਲ ਹੋਇਆ 2021 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਐਸਆਈ ਦਾ ਪੇਪਰ ਕੈਨਸਲ ਹੋਇਆ 2016 ਦੇ ਵਿੱਚ ਲੋਕਲ ਬਾਡੀਜ਼ ਦਾ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਨੂੰ ਪੇਪਰ ਦਿੱਤਾ ਸੀ ਉਹਦੇ ਵਿੱਚ ਵੀ ਇਹ ਬੰਦੇ ਦੇ ਏਰੀਆ ਇਨਵੋਲਵ ਸੀ ਈਵਨ ਸਰ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦਾ ਪੇਪਰ ਹੁੰਦਾ ਸਤੰਬਰ ਦੇ ਵਿੱਚ ਉਹਦੇ ਵਿੱਚ ਬਲੂਟੂਥ ਨਾਲ ਚੀਟਿੰਗ ਕਰਦੇ ਪੰਜਾਬ ਪਟਿਆਲਾ ਪੁਲਿਸ 7 ਲਾਈਨ ਦੇ ਅੰਦਰ ਹੀ ਕਾਫੀ ਆਰ ਅਰਜ ਹੁੰਦੀ ਆ ਉਹਦੇ ਤਾਂ ਚਲੋ ਬੰਦੇ ਫੜੇ ਗਏ ਉਹਨਾਂ ਤੇ ਐਫ ਆਈ ਆਰ ਹੋ ਗਈ ਹੋ ਸਕਦਾ ਉਹੀ ਮੈਥਡ ਇਹਨਾਂ ਨੇ ਇੱਥੇ ਵਰਤਿਆ ਹੋਵੇ ਤੇ ਉੱਥੇ ਉਹ ਬੰਦੇ ਫੜੇ ਨਹੀਂ ਗਏ ਤੁਹਾਨੂੰ ਲੱਗਦਾ ਜਿਹੜੇ ਪੇਪਰ ਜਿਨ੍ਹਾਂ ਨੇ ਕੰਡਕਟ ਕਰਵਾਇਆ ਕਿ ਉਹਨਾਂ ਦੀ ਸਿੱਧੀ ਮਿਲੀ ਭੁਗਤ ਹੈ ਜਾਂ ਫਿਰ ਚੋਰੀ ਛੁਪ ਕੇ ਪੇਪਰ ਕਰਨ ਵਾਲਿਆਂ ਨੇ ਆਪਣੇ ਪੱਧਰ ਦੇ ਉੱਤੇ ਸਕੈਮ ਨੂੰ ਅੰਜਾਮ ਦਿੱਤਾ ਦੇਖੋ ਸਰ ਇਹ ਤਾਂ ਸਭ ਇਨਵੈਸਟੀਗੇਸ਼ਨ ਦਾ ਕੰਮ ਆ ਸਾਡੇ ਕੋਲ ਕੋਈ ਸਰਕਾਰੀ ਅਥਾਰਟੀ ਤਾਂ ਹੈ ਨਹੀਂ ਕਿ ਅਸੀਂ ਜਾ ਕੇ ਕਿਸੇ ਦਾ ਗਲਾ ਫਾੜ ਲਾਂਗੇ ਹਾਂ ਵੀ ਦੱਸੋ ਕੀ ਹੋਇਆ ਅਸੀਂ ਤਾਂ ਸਿਰਫ ਸਰਕਾਰ ਨੂੰ ਆਪਣੀ ਗੱਲ ਰੱਖ ਸਕਦੇ ਹਾਂ ਕਿ ਸਰ ਤੁਸੀਂ ਆਹ ਤੁਹਾਡੇ ਸਾਹਮਣੇ ਸਬੂਤ ਨੇ ਸਾਡੇ ਵੱਲੋਂ ਇਨਕੁਆਇਰੀ ਕਰਾਓ ਸਰਕਾਰ ਕੋਲ ਇੰਨੀ ਏਜੰਸੀਆਂ ਨੇ ਵਿਜੀਲੈਂਸ ਬਿਊਰੋ ਆ ਆਪਣਾ ਸੀਬੀਆਈ ਹੈ ਸਰਕਾਰ ਆਪਣੀ ਵੱਲੋਂ ਇਨਕੁਆਇਰੀ ਕਰਾਵੇ ਜਦੋਂ ਆਪੋਜੀਸ਼ਨ ਲੀਡਰਸ ਤੇ ਕੋਈ ਮੁੱਦਾ ਉੱੜਦਾ ਉਦੋਂ ਤਾਂ ਸਰਕਾਰ 2 ਮਿੰਟਾਂ ਦੇ ਵਿੱਚ ਇਨਕੁਆਇਰੀ ਕਰਾ ਕੇ ਉਹਨਾਂ ਨੂੰ ਜੇਲ੍ਹ ਚ ਪਾ ਦਿੰਦੀ ਆ ਜਦੋਂ ਤੁਹਾਡੇ ਆਪਣੇ ਤੇ ਹੁਣ ਗੱਲ ਆ ਰਹੀ ਆ ਕਿ ਪਤਾ ਲੱਗ ਰਿਹਾ ਕਿ ਕੁਝ ਨਾ ਕੁਝ ਬਾਹਰ ਨਿਕਲ ਗਿਆ ਉਦੋਂ ਤੁਸੀਂ ਇਸ ਮੁੱਦੇ ਤੇ 1.5 ਮਹੀਨੇ ਤੋਂ ਪਿਛਲੇ ਤੋਂ ਚੁੱਪ ਆ ਇਸ ਲਈ ਸਾਡਾ ਅਸੀਂ ਨਹੀਂ ਕਹਿ ਰਹੇ ਕਿ ਬੀਪੀਐਸੀ ਡਾਇਰੈਕਟਲੀ ਇਨਵੋਲ ਵਾ ਜਾਂ ਸਰਕਾਰ ਡਾਇਰੈਕਟਲੀ ਇਨਵੋਲ ਵਾ ਪਰ ਕਿਤੇ ਨਾ ਕਿਤੇ ਜਵਾਬ ਦੇ ਹੀ ਤਾਂ ਉਹਨਾਂ ਦੀ ਮੰਦੀ ਹੈ ਨਾ ਅਸੀਂ ਦਾ ਪੈਸੇ ਜਿਹੜੀ ਫੀਲ ਦਿੱਤੀ ਆ ਉਹ ਤਾਂ ਪੀਪੀਐਸ ਨੂੰ ਜਮਾ ਕਰਾਇਆ ਨਾ ਅਸੀਂ ਤਾਂ ਉਹ ਸਰਕਾਰ ਦੇ ਖਜ਼ਾਨੇ 'ਚ ਜਮਾ ਕਰਾਇਆ ਨਾ ਤੇ ਉਹ ਐਨੀ ਫੀਸ ਲੈਣ ਤੋਂ ਬਾਅਦ ਵੀ ਜੇ ਉਹ ਪੇਪਰ ਦੇ ਵਿੱਚ ਟਰਾਂਸਪੇਰੈਂਸੀ ਅਕਾਉਂਟੇਬਿਲਟੀ ਨਹੀਂ ਮੈਂਟੇਨ ਕਰੇ ਤਾਂ ਜ਼ਿੰਮੇਵਾਰੀ ਕੀ ਆ ਅਸੀਂ ਤਾਂ ਵੋਟਾਂ ਸਰਕਾਰ ਨੂੰ ਪਾਈਆਂ ਨਾ ਜਵਾਬਦੇਹੀ ਤਾਂ ਸਰਕਾਰ ਦੀ ਐ ਹਾਂਜੀ ਮੇਰਾ ਇੱਕ ਆਖਰੀ ਸਵਾਲ ਹੈ ਇਸ ਮਸਲੇ ਨਾਲ ਜੁੜਿਆ ਹੋਇਆ ਜੇਕਰ ਸਾਰੇ ਪਾਸੇ ਹੱਥ ਪੈਰ ਮਾਰਦੇ ਆਂ ਬੰਦੇ ਦਾ ਕੁਝ ਨਾ ਬਣੇ ਇਸ ਮਸਲੇ 'ਚ ਜਾਂਚ ਅੱਗੇ ਨਾ ਤੁਰੇ ਗੱਲ ਨਾ ਤੁਰੇ ਫਿਰ ਅਗਲਾ ਸਟੈਪ ਕੀ ਆ ਉਹਨਾਂ ਲਈ ਜਿਨ੍ਹਾਂ ਨਾਲ ਧੱਕਾ ਹੋਇਆ ਤੁਹਾਨੂੰ ਲੱਗਦਾ ਦੇਖੋ ਸਰ ਹੁਣ ਸਾਡੇ ਕੋਲ ਮੈਥਡ ਅੱਗੇ ਦੋ ਹੀ ਰਹਿ ਗਏ ਅਸੀਂ ਸਰਕਾਰ ਨੂੰ ਆਪਣੀ ਡੈਲੀਗੇਸ਼ਨ ਦੇਤੀ ਇਸ ਤੋਂ ਬਾਅਦ ਤਾਂ ਜਾਂ ਤਾਂ ਜੁਡੀਸ਼ਰੀ ਰਹਿ ਗਈ ਜਾਂ ਫਿਰ ਰਹਿ ਗਿਆ ਸਾਡਾ ਪ੍ਰੋਟੈਸਟ ਕਰਨਾ ਹੁਣ ਇੱਥੇ ਸਰਕਾਰ ਨੂੰ ਦੱਸਣਾ ਪੈਣਾ ਕਿ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਬਿਨਾਂ ਲੱਤਾਂ ਖਾਈ ਬਿਨਾਂ ਡੰਡੇ ਖਾਈ ਪੁਲਿਸ ਤੋਂ ਤੁਹਾਡੀ ਅਸੀਂ ਨੌਜਵਾਨਾਂ ਦੀ ਗੱਲ ਨਹੀਂ ਸੁਣਾਂਗੇ ਜੇ ਇਹ ਮੁੱਦਾ ਤਾਂ ਸਾਨੂੰ ਕਲੀਅਰਲੀ ਲਾਲ ਦਿਓ ਅਸੀਂ ਡੰਡੇ ਖਾਣ ਨੂੰ ਵੀ ਤਿਆਰ ਹਾਂ ਜੇ ਉਸ ਤੋਂ ਬਾਅਦ ਵੀ ਕੁਝ ਨਹੀਂ ਬੰਦਦਾ ਫਿਰ ਤਾਂ ਜੀ ਜਿਹੜਾ ਪਹਿਲਾਂ ਸਰਕਾਰਾਂ ਚ ਹੁੰਦਾ ਆ ਰਿਹਾ ਕਿ ਹਾਂ ਪੈਸੇ ਦਿਓ ਫਾਈਲ ਲਵਾਓ ਤੇ ਆਈਲੈਂਡਸ ਕਰੋ ਬਾਹਰ ਜਾਓ ਜਿਵੇਂ ਪੰਜਾਬ ਦੇ ਘਰਾਂ ਦੇ ਘਰ ਖਾਲੀ ਤੇ ਤੇ ਸਰਕਾਰ ਨੂੰ ਦੱਸਣਾ ਪੈਣਾ ਕਿ ਉਹ ਕੀ ਚਾਹੁੰਦੇ ਨੇ ਵੋਟਾਂ ਤੋਂ ਪਹਿਲਾਂ ਕਹੀਆਂ ਗਈਆਂ ਚੀਜ਼ਾਂ ਨਹੀਂ ਕੰਮ ਹੋਈਆਂ ਵੋਟਾਂ ਤੋਂ ਬਾਅਦ ਕਰਕੇ ਦਿਖਾਉਣਾ ਪੈਂਦਾ ਤਾਂ ਫਿਰ ਤੁਹਾਡੇ ਤੇ ਆਮ ਜਨਤਾ ਵਿਸ਼ਵਾਸ ਕਰਦੀ ਹੈ ਜੀ ਬਹੁਤ ਸ਼ੁਕਰੀਆ ਜੀ ਇਸਨ ਸਾਡੇ ਨਾਲ ਉਹ ਕੈਂਡੀਡੇਟ ਜਿਨ੍ਹਾਂ ਨੇ ਨਾਇਬ ਤਹਿਸੀਲਦਾਰ ਦਾ ਪੇਪਰ ਵੀ ਦਿੱਤਾ ਚੰਗੇ ਨੰਬਰ ਵੀ ਹਾਸਲ ਕੀਤੇ ਪਰ ਇਹਨਾਂ ਨੂੰ ਲੱਗਦਾ ਕਿ ਜਿਹੜੇ ਮੈਰਿਟ ਲਿਸਟ ਦੇ ਵਿੱਚ ਆਏ ਸ਼ੱਕ ਦੇ ਆਧਾਰ ਤੇ ਉਹਨਾਂ ਨੂੰ ਦੇਖਿਆ ਗਿਆ ਕਿ ਜਿਹੜੇ ਬੰਦੇ ਛੋਟੇ ਪੱਦਰ ਦੇ ਪੇਪਰ ਨਹੀਂ ਕਲੀਅਰ ਕਰ ਸਕਿਓ ਨਾਇਬ ਤਹਿਸੀਲਦਾਰ ਕਿਵੇਂ ਬਣ ਗਏ ਤੇ ਇਨਾ ਪੇਪਰਾਂ ਦੇ ਵਿੱਚ ਨਕਲ ਕਿਵੇਂ ਵਜੀ ਕਿਸ ਦੀ ਮਿਲੀ ਭੁਗਤੀ ਸਰਕਾਰ ਇਸ ਦੇ ਉੱਤੇ ਜਵਾਬ ਕੀ ਦੇ ਰਹੀ ਹੈ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਕੁਝ ਕਰਕੇ ਨਾ ਦਿਖਾਇਆ ਤੇ ਅਸੀਂ ਪਿਛਲਿਆਂ ਵਾਂਗ ਸਮਝਾਂਗੇ ਕਿ ਵੀ ਉਸੇ ਤਰ੍ਹਾਂ ਗੋਗਲੋਂਾਂ ਤੋਂ ਮਿੱਟੀ ਝਾੜਦੇ ਨੇ ਹੁਣ ਦੇਖਦੇ ਹਾਂ ਕਿ ਸਰਕਾਰ ਦੀ ਜਿਹੜੀ ਕਟੜ ਇਮਾਨਦਾਰੀ ਦੇ ਦਾਅਵੇ ਦੀ ਉਹ ਪੋਲ ਖੋਲਦੀ ਹੈ ਜਾਂ ਫਿਰ ਵਾਕਿਆ ਹੀ ਮਾਨ ਦੇ ਨਾਲ ਕਿਹਾ ਜਾਏਗਾ ਇਹਨਾਂ ਨੌਜਵਾਨਾਂ ਦੇ ਵੱਲੋਂ ਕਿ ਸਰਕਾਰੀ ਕਟੜ ਇਮਾਨਦਾਰ ਇਹ ਹੁਣ ਸਰਕਾਰ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੇ ਟੈਗ ਆਪਣਾ ਤਗਮਾ ਕਿਹੜੀ ਗੱਲ ਦਾ ਲਗਾਉਣਾ ਹੈ ਫਿਲਹਾਲ ਇਸ ਮੁਲਾਕਾਤ ਵਿੱਚ ਇਨਾ ਹੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ